ਨਵਾਂ ਸ਼ਹਿਰ 'ਚ ਗਰਮੀ ਕਾਰਨ ਪੈਲਸ 'ਚੋਂ ਭੱਜੇ ਬਰਾਤੀ, ਧਰੇ ਦੇ ਧਰੇ ਰਹਿ ਗਏ 36 ਪਕਵਾਨ, ਕੁੜੀ ਵਾਲਿਆਂ ਦੀ ਹੋ ਗਈ ਬੇਇੱਜ਼ਤੀ। ਤਾਂ ਤੁਹਾਨੂੰ ਦੱਸ ਦਈਏ ਕਿ ਨਵਾਂ ਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਗਰਮੀ ਕਾਰਨ ਪੈਲਸ ਦੇ ਵਿੱਚੋਂ ਘਰ ਪਰਤ ਗਏ ਨੇ ਬਰਾਤੀ। ਬੁਰੇ ਹਾਲ ਹੋ ਗਏ ਸੀ ਗਰਮੀ ਕਾਰਨ, ਜਿਸ ਕਰਕੇ ਬਰਾਤੀਆਂ ਨੂੰ ਇਤਰਾਜ਼ ਹੋਇਆ, ਖਾਣਾ ਪੀਣਾ ਛੱਡ ਸਭ ਕੁਝ ਬਰਾਤੀ ਆਪਦੇ ਘਰੇ ਮੁੜ ਗਏ। ਬਿਨਾਂ ਖਾਧੇ ਪੀਤੇ ਪੈਲਸ 'ਚੋਂ ਨਿਕਲ ਰਹੇ ਨੇ ਬਰਾਤੀ, ਲੜਕੀ ਵਾਲਿਆਂ ਦਾ ਦਰਦ ਛਲਕਿਆ ਏ। ਉਹਨਾਂ ਨੇ ਬੋਲਿਆ ਕਿ ਰਿਸ਼ਤੇਦਾਰਾਂ ਲਈ ਖਾਣਾ ਜਿਹੜਾ ਬਣਾਇਆ ਸੀ ਉਹ ਖਰਾਬ ਹੋ ਗਿਆ ਏ। ਤਾਂ ਘਟਨਾ ਜ਼ਿਲ੍ਹਾ ਨਵਾਂਸ਼ਹਿਰ ਦੇ ਓਡ ਰੋਡ ਦੀਆਂ ਨੇ, ਜਿੱਥੇ ਗੋਲਡਨ ਪੈਲਸ, ਜਿੱਥੇ ਬਰਾਤੀਆਂ ਨੂੰ ਗਰਮੀ ਲੱਗਣ ਕਰਕੇ ਹਾਹਾਕਾਰ ਮੱਚ ਗਈ। ਮੌਕੇ 'ਤੇ ਮਿਲੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦੇ ਹਾਂ ਕਿ ਲੜਕੀ ਪਰਿਵਾਰ ਦੇ ਵੱਲੋਂ ਨਵਾਂ ਸ਼ਹਿਰ ਦਾ ਗੋਲਡਨ ਪੈਲਸ ਬੁੱਕ ਕੀਤਾ ਗਿਆ ਸੀ। ਪੈਲਸ ਵਾਲਿਆਂ ਨੂੰ ਏਸੀ ਚਲਾਉਣ ਦੇ ਵੀ ਪੈਸੇ ਦਿੱਤੇ ਗਏ, ਪਰ ਸਵੇਰ ਦੀ ਹੀ ਪੈਲਸ ਦੇ ਵਿੱਚ ਏਸੀ ਨਹੀਂ ਚੱਲਿਆ, ਜਿਸ ਕਾਰਨ ਉਮਸ ਹੋ ਗਈ, ਗਰਮੀ ਵੱਧ ਗਈ ਅਤੇ ਰਿਸ਼ਤੇਦਾਰਾਂ ਦਾ ਉੱਥੇ ਬੈਠਣਾ ਮੁਸ਼ਕਲ ਹੋ ਗਿਆ। ਰਿਸ਼ਤੇਦਾਰ ਆਪੋ ਆਪਣੇ ਘਰੇ ਵਾਪਸ ਪਰਤਣ ਲੱਗ ਪਏ। ਲੜਕੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ, ਕਿਉਂਕਿ ਲੜਕੀ ਪਰਿਵਾਰ ਦੇ ਵੱਲੋਂ ਬਣਾਇਆ ਗਿਆ ਖਾਣਾ ਖਰਾਬ ਹੋ ਗਿਆ, ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਇਸ ਮੌਕੇ ਪੈਲਸ ਦੇ ਮੈਨੇਜਮੈਂਟ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਏਸੀ ਬੰਦ ਹੋਇਆ ਤਾਂ ਉਹਨਾਂ ਨੇ ਜਨਰੇਟਰ ਦਾ ਪ੍ਰਬੰਧ ਕੀਤਾ, ਜਦਕਿ ਲੜਕੀ ਪਰਿਵਾਰ ਵੱਲੋਂ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ। ਪਰ ਗਰਮੀ ਨਾ ਸਹਿੰਦੇ ਹੋਏ ਬਰਾਤੀ ਅਤੇ ਰਿਸ਼ਤੇਦਾਰ ਵਾਪਸ ਚਲੇ ਗਏ। ਇਸ ਘਟਨਾ ਬਾਰੇ ਕੀ ਬੋਲਿਆ ਮੈਨੇਜਰ ਉਹ ਵੀ ਤੁਹਾਨੂੰ ਸੁਣਾਵਾਂਗੇ, ਪਰ ਬੇਹੱਦ ਇਹ ਦੁੱਖ ਭਰੀ ਖਬਰ ਸਾਹਮਣੇ ਆ ਰਹੀ ਹੈ ਕਿ ਪੈਲਸ ਵਾਲਿਆਂ ਦੀ ਗਲਤੀ ਕਰਕੇ ਜਿਹੜਾ ਕੁੜੀ ਸੀ ਉਸਦਾ ਵਿਆਹ ਖਰਾਬ ਹੋ ਗਿਆ। ਬਰਾਤੀ ਜਿਹੜੇ ਸੀ ਜਿਨ੍ਹਾਂ ਨੇ ਲਾਵਾਂ ਫੇਰੇ ਦੇਖਣੇ ਸੀ ਹਾਲੇ ਕੁੜੀ ਦੇ, ਅਤੇ ਕੁੜੀ ਨੂੰ ਵਿਆਹ ਕੇ ਵਾਪਸ ਲੈ ਕੇ ਜਾਣਾ ਸੀ, ਰਿਸ਼ਤੇਦਾਰ ਆਏ ਸੀ ਦੂਰੋਂ ਦੂਰੋਂ, ਦਿੱਲੀ ਗੁਜਰਾਤ ਹੋਰ ਪਾਸਿਓਂ ਹੋਰ ਸੂਬਿਆਂ ਤੋਂ ਜਿਹੜੇ ਰਿਸ਼ਤੇਦਾਰ ਆਏ ਸੀ ਉਹ ਸਾਰੇ ਬਰਾਤੀ ਜਿਹੜੇ ਸੀ ਉਹ ਨਾਰਾਜ਼ ਹੋ ਗਏ ਅਤੇ ਉਹ ਆਪਦੇ ਘਰੇ ਮੁੜ ਗਏ। ਹੁਣ ਗੋਲਡਨ ਪੈਲਸ ਵਾਲਿਆਂ ਨੇ ਤਾਂ ਪੱਲਾ ਝਾੜ ਲਿਆ ਏ, ਕੁੜੀ ਵਾਲਿਆਂ ਦਾ ਕੀ ਕਹਿਣਾ ਇਸ ਉੱਪਰ ਜਾਣਦੇ ਹਾਂ। ਮੈਂ ਇਹਨਾਂ ਨਾਲ ਕੋਈ ਮਿਸਬਿਹੇਵੀਅਰ ਨਹੀਂ ਕੀਤਾ, ਉਹਦੇ ਬੰਦੇ ਵੀ ਸਾਰੇ ਸੀ ਜਿਹਨਾਂ ਮੁਹਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ, ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ। ਮੈਂ ਜਨਰੇਟਰ ਵਾਲੇ ਨੂੰ ਫੋਨ ਕਰ ਰਿਹਾ ਸੀ, ਸਾਡਾ ਜਨਰੇਟਰ ਫਟ ਗਿਆ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ। ਤੁਸੀਂ ਜਿਹੜੇ ਮੁੰਡੇ ਨੂੰ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਹੈ ਕਾਲ ਡਿਟੇਲ, ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ, ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਤੂੰ ਜਲਦੀ ਤੋਂ ਜਲਦੀ ਘਰ ਤੱਕ ਜਨਰੇਟਰ ਲੈ ਕੇ ਪਹੁੰਚ ਰਹੇ। ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਪੌਣੇ ਘੰਟੇ ਪਹੁੰਚ ਰਿਹਾ। ਮੈਂ ਕਿਹਾ ਮੇਰਾ 180 ਕਿਲੋ ਵਾਟ ਦਾ ਜਨਰੇਟਰ, ਦੇਖੋ ਬੜੇ ਤੋਂ ਬੜਾ ਕਿਹੜਾ। ਕਹਿੰਦਾ 125 ਕਿਲੋ ਵਾਟ ਦਾ, ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਨੇ ਜਿਹੜੇ 62 ਟਨ ਤੇ ਪਾਤੇ ਨੇ, ਤੂੰ 125 ਵਾਲਾ ਲੈ ਕੇ ਪਹੁੰਚ। ਇਹ ਮੈਨੂੰ ਭਾਜੀ ਉਹ ਨਹੀਂ ਕਹਿੰਦੇ, ਕਹਿੰਦਾ ਤੂੰ ਇੱਧਰ ਆ ਇੱਧਰ ਤੈਨੂੰ ਮੈਂ ਦੱਸਦਾ, ਕਹਿੰਦਾ ਤੂੰ ਜੇ ਕਿਤੇ ਗਿਆ। ਚਲੋ ਗਰਮੀ ਦੇ ਮਾਹੌਲ 'ਚ ਉਹਨਾਂ ਨੂੰ ਵੀ ਗਰਮੀ ਸੀ ਅਤੇ ਜਵਾਬ ਤੁਹਾਡਾ ਦੇਣਾ ਮਿਸਬਿਹੇਵ ਕਰਨਾ ਨਹੀਂ ਬਣਦਾ ਸੀ ਜੋ ਉਹ ਕਿਹਾ। ਸਰ ਜੇ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲਦਾ ਹੁੰਦਾ ਮੈਂ ਭੱਜ ਜਾਗਾ ਤਾਂ ਮੈਂ ਲੜਨ ਨੂੰ ਬੈਠਾ ਹੁੰਦਾ। ਇਹਨਾਂ ਦੇ ਨਾਲ ਗੱਲ ਕੀਤੀ ਸੀ ਕਿ ਜੀ ਕਿ ਅਸੀਂ ਜਿਹੜਾ ਏਸੀ ਤੁਹਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਤੋਂ। ਜੀ ਬਿਲਕੁਲ ਸਰ, ਏਸੀ ਚੱਲਦਾ ਪਿਆ ਸੀ, ਜਿਹੜੇ ਰੂਮ ਦੀ ਇਹ ਗੱਲ ਕਰ ਰਹੇ ਨੇ ਅਸੀਂ ਰੂਮ ਦੇ ਏਸੀ ਸਵੇਰੀ ਬਟਨ ਦੱਬ ਦਿੰਦੇ, ਉੱਥੇ ਬਟਨ ਹੈ, ਕਿਸੇ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਬਟਨ ਬੰਦ ਕਰਤਾ। ਉਹਨਾਂ ਮੇਰੇ ਕੋਲ ਮੈਸੇਜ ਪਹੁੰਚਿਆ
ਨਾਲ ਦੀ ਨਾਲ ਏਸੀ ਵਾਲਾ ਮੁੰਡਾ ਗਿਆ, ਤੁਸੀਂ ਹੁਣ ਵੀ ਜਾ ਕੇ ਦੇਖੋ। ਪਰ ਜਦੋਂ ਅਸੀਂ ਆਏ ਹੈਗੇ ਆ ਤਾਂ ਉਸ ਵੇਲੇ ਤੇ ਸਭ ਕੋ ਬੰਦ ਸੀ, ਤੁਹਾਡੇ ਇਸ ਦਫ਼ਤਰ ਵਿੱਚ ਆਇਆ, ਤੁਹਾਨੂੰ ਜਦੋਂ ਫੋਨ ਕੀਤਾ, ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫ਼ਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ, ਇਹਦੇ ਪਿੱਛੇ ਕੀ ਕਹਿਣਾ ਚਾਹੋਗੇ? ਦਫ਼ਤਰ ਦੀ ਲਾਈਟ ਤਾਂ ਸਭ ਚੱਲਦੀ ਪਈ ਹੈ। ਬਿਲਕੁਲ, ਅਸੀਂ ਮੀਡੀਆ ਵਾਲੇ ਇੱਥੇ ਸੀਗੇ, ਬੰਦ ਸੀ 15 ਮਿੰਟ ਖੜੇ ਰਹੇ ਆ। ਦਫ਼ਤਰ ਦੀ ਲਾਈਟ ਦਾ ਹਾਲ ਦੀ ਲਾਈਟ ਦੇ ਨਾਲ ਨੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ। 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ? ਉਹ ਬਿਜਲੀ ਬੋਰਡ ਨੂੰ ਪਤਾ ਹੋਣਾ, ਕਿਉਂਕਿ ਅਸੀਂ ਹਾਲ ਦੇ ਵਿੱਚੋਂ ਮਤਲਬ ਦਫ਼ਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇ ਸਕਦੇ ਨਾ ਅਸੀਂ ਦਿੱਤੀ ਗਈ ਹੈ। ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ 'ਤੇ ਚੱਲਦਾ, ਉਹਦਾ 40 ਕਿਲੋਵਾਟ ਦਾ ਜਨਰੇਟਰ ਅਲੱਗ ਚੱਲ ਰਿਹਾ, ਇੱਕ 62 ਵਾਲਾ ਅਲੱਗ ਚੱਲ ਰਿਹਾ, ਇੱਕ 180 ਨਹੀਂ ਕੀ। ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ